सियासत व्यापार खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर वन न्यूज़ ऐप दैनिक सवेरा टाइम्स। पंचायत विभाग च काम कर रहे मनरेगा मुलाजमान ने विभाग विच रेगुलर होण दी मांग नूं लै के डिप्टी कमिश्नर दफ्तर गुरदासपुर दे बाहर धरना लगाया। इस मौके उन्हें मांग की कि वह पिछले 12 सालों तो विभाग च कच्चे कामिया वजो काम कर रहे ने। उन्हें कहा कि सरकार ने उन्हें वादा किया सी कि उन्हें विभाग विच रेगुलर किया जाएगा, पर हजे तक उन्हें रेगुलर नहीं किया गया, जिस करके उन्होंने सरकार के खिलाफ रोस जताया है और कलम छोड़ हड़ताल की है। मकसद यह है कि जिहड़े अहीं 12 सालों तो मुलाजम जिहड़े नरेगा दे विच काम कर रहे हैं तो सानू जिहड़ियां रेगुलर सेवावां जिहड़ियां ने साडियां कीतियां जाण, पंचायत विभाग विच अहीं काम करदे पए हां। सरकार वालों पंचायत मंत्री वालों वार वार लारे लाए गए ही भी कि ना जिहड़ा तुहानू जिहड़ा परमानेंट कर दिता जाएगा। 12 साल तो अहीं जिहड़ा वा 12 साल तो वध समां हो गया सानू काम करदिआं। मंत्री वालों कहा गया है कि अहीं 3 महीने दे विच पक्के कर दांगे, परंतु 1 साल बीतण दे बावजूद भी मंत्री फिर लारे लाउण डिआ वा। वह मंत्री नूं असीं दसना चाहुंदे आ वी उहनूं कल मिल के आए सी आपां ते उहनां ने इन्नी गल कही भी कि ना 15 दिनां दे विच जिहड़ी पॉलिसी बना के तुहाडा जिहड़ा वा मसला हल कर दिता जाएगा। हुण तक जिहड़े आ 1539 कर्मचारी ने ते उहनां सारिआं दी साडी मंग आ कि सानूं जिहड़ा रैगूलर किया जाए, सानूं जिहड़ा वा उह जिहड़ा वा पंजाब पंचायत विभाग विच मर्ज किया जाए। ये जिहड़ा वा अज पहला साडी सी जी 18 तरीक तो धरना लगा सी, ब्लॉक लैवल ते धरना सी, अज जिहड़ा वा जिले लैवल ते आए आ। ਇਹ ਤੋਂ ਬਾਅਦ ਅੱਗੇ ਜਿਹੜਾ ਇਹ ਪੰਜਾਬ ਲੈਵਲ ਤੇ ਜਿਹੜਾ ਅਸੀਂ ਧਰਨਾ ਕਰਾਂਗੇ, ਜੇਕਰ ਮੰਨ ਲਓ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਕਰਾਂਗੇ। ਉਹਨਾਂ ਦੇ ਜਿਹੜੇ ਹਲਕੇ ਦੇ ਵਿੱਚ ਜਾ ਕੇ ਉਹਨਾਂ ਦੀਆਂ ਨੀਤੀਆਂ ਬਾਰੇ ਦੱਸਿਆ ਜਾਵੇਗਾ ਕਿ ਨੌਜਵਾਨਾਂ ਪ੍ਰਤੀ ਕਿਵੇਂ ਉਹਨਾਂ ਦੀਆਂ ਮਾਰੂ ਨੀਤੀਆਂ ਨੇ, ਤੇ ਤਾਂ ਜੋ ਜਿਹੜਾ ਵਾ ਉਹ ਕੈਪਟਨ ਸਰਕਾਰ ਵੱਲੋਂ ਤੇ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ, ਪਰ ਮੰਤਰੀ ਸਾਹਿਬ ਵੱਲੋਂ ਕਿਹਾ ਜਾਂਦਾ ਉਹ ਤੁਹਾਡਾ ਕੰਟਰੈਕਟ ਹੀ ਜਿਹੜਾ ਵਾ ਰੱਦ ਕਰ ਦਿੱਤਾ ਜਾਵੇਗਾ ਜੇ ਤੁਸੀਂ ਮੇਰੇ ਘਰ ਦਾ ਘਰਾਓ ਕਰੋਗੇ ਜਾਂ ਤੁਸੀਂ ਆਪਣੀ ਗੱਲ ਰੱਖੋਗੇ। ਤੇ ਇਹ ਅਣਮਿੱਥੇ ਸਮੇਂ ਲਈ ਕਰਮਚਾਰੀ ਹੜਤਾਲ ਜਿਹੜੀ ਆ ਜਾਰੀ ਰਹੂਗੀ। ਜਿੰਨੀ ਦੇਰ ਤੱਕ ਸਾਡੀਆਂ ਸੇਵਾਵਾਂ ਰੈਗੂਲਰ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਰੈਗੂਲਰ ਹੁਣ ਤੱਕ ਜਿਹੜੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ। ਗਾਂ ਅੱਗੇ ਮਰਨ ਵਰ ਤਾਂ ਹੀ ਰੱਖਾਂਗੇ, ਭੁੱਖ ਹੜਤਾਲਾਂ ਰੱਖਾਂਗੇ, ਇਹਨਾਂ ਦਾ ਰੱਜ ਕੇ ਜਲੂਸ ਕੱਢਾਂਗੇ। ਜੇ ਸਾਡਾ ਰੁਜ਼ਗਾਰ ਨਹੀਂ ਬਚਦਾ ਤੇ ਰਹਿਣ ਅਸੀਂ ਇਹਨਾਂ ਦਾ ਵੀ ਕੱਖ ਨਹੀਂ ਦੇਵਾਂਗੇ। ਸਰ ਆਪਾਂ 12 ਸਾਲ ਤੋਂ ਜਿਹੜੀ ਸਾਡੀ ਭਰਤੀ ਹੋਈ ਸੀ ਭਾਰਤ ਅਸੀਂ ਢੰਗ ਨਾਲ ਇਹਨਾਂ ਨੇ ਕੀਤੀ ਸੀਗੀ। 12 ਸਾਲ ਤੋਂ ਅਸੀਂ ਇਹਨਾਂ ਦੇ ਕੰਟਰੈਕਟ ਬੇਸ ਤੇ ਹੀ ਕੰਮ ਕਰਦੇ ਆ ਰਹੇ ਹਾਂ। ਅੰਨੇਵਾਹ ਸਾਡੇ ਕੋਲ ਕੰਮ ਕਰਾਇਆ ਜਾਂਦਾ ਆ, ਸਾਨੂੰ ਹਰ ਵਾਰ ਇਹੀ ਲਾਰਾ ਲਾਇਆ ਜਾਂਦਾ ਕਿ ਅੱਜ ਅਸੀਂ ਅੱਜ ਪੱਕੇ ਕਰ ਦਿੰਦੇ ਹਾਂ ਤੁਹਾਨੂੰ, ਕੱਲ੍ਹ ਪੱਕੇ ਕਰ ਦਿੰਦੇ ਹਾਂ ਤੁਹਾਨੂੰ। ਲਾਸਟ ਈਅਰ ਵੀ ਇਹਨਾਂ ਨੇ ਆਹੀ ਲਾਰਾ ਲਾ ਕੇ ਸਾਨੂੰ ਜਿਹੜਾ ਸੀ ਧਰਨਾ ਸਾਡਾ ਚੁਕਵਾ ਦਿੱਤਾ ਸੀ ਇਹਨਾਂ ਨੇ। ਇਸ ਵਾਰ ਵੀ ਅਸੀਂ ਇਹੀ ਮੁੱਦਾ ਰੱਖਿਆ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਸਾਡੀਆਂ ਮੰਗਾਂ ਜਿਹੜੀਆਂ ਉਹ ਜਾਇਜ਼ ਮੰਨੀਆਂ ਜਾਣ, ਸਾਨੂੰ ਪੇ ਸਕੇਲ ਵੀ ਦਿੱਤਾ ਜਾਵੇ। 12,000 ਰੁਪਏ ਤੇ ਅਸੀਂ ਕੁਝ ਮੁਲਾਜ਼ਮ 9400 ਤੇ, ਕੁਝ 8,000 ਤੇ, ਕੁਝ 15,000 ਤੇ, ਇਸ ਤਰ੍ਹਾਂ ਕਰਕੇ ਨੌਕਰੀ ਕਰ ਰਹੇ ਆ। ਦਿਨ ਰਾਤ ਮਿਹਨਤ ਕਰਦੇ ਆ ਇਹਨਾਂ ਦੇ, ਪੰਚਾਇਤਾਂ ਵਿੱਚ ਡਿਵੈਲਪਮੈਂਟ ਕਰਵਾਉਂਦੇ ਆ ਲੋਕਾਂ ਦੀ, ਪਰ ਫਿਰ ਵੀ ਇਹਨਾਂ ਨੂੰ ਇਹੀ ਕਹੀ ਜਾਂਦੇ ਆ ਸਟਾਫ ਅਫਸਰ ਸਾਹੀ ਮੰਤਰੀ ਜੋ ਵੀ ਹੈਗੇ ਆ ਸਾਰੇ ਇਹੀ ਕਹਿੰਦੇ ਕਿ ਇਹ ਕੰਮ ਨਹੀਂ ਕਰਦਾ ਹੈਗਾ ਨਰੇਗਾ ਸਟਾਫ। ਜੇ ਨਰੇਗਾ ਸਟਾਫ ਹੀ ਕੰਮ ਨਹੀਂ ਕਰਦਾ ਤਾਂ ਬਾਕੀ ਕੌਣ ਕੰਮ ਕਰਦਾ? ਅੱਜ ਵੀ ਇਹਨਾਂ ਨੇ ਇਹੀ ਕਿਹਾ ਹੈ, ਅੱਜ ਵੀ ਕਰਮਸੋਲ ਆਪਾਂ ਹੜਤਾਲ ਕੀਤੀ ਆ ਔਰ ਲਗਾਤਾਰ ਆਪਾਂ ਜਾਰੀ ਰੱਖਾਂਗੇ। ਸਾਨੂੰ ਅਜੇ ਤੱਕ ਸਾਡਾ ਕੋਈ ਇਹਨਾਂ ਨੇ ਮੁੱਦਾ ਨਹੀਂ ਉਠਾਇਆ ਪੱਕੇ ਹੋਣ ਦਾ, ਸਿਰਫ ਲਾਰੇ ਹੀ ਤੇ ਲਾਰੇ ਹੀ ਹੈ, ਸਿਰਫ ਪ੍ਰੈਸ਼ਰ ਆਹੀ ਪਾਇਆ ਜਾਂਦਾ ਕਿ ਕੰਮ ਕਰੋ ਕੰਮ ਕਰੋ ਕੰਮ ਕਰੋ। ਕਿੰਨੀ ਕੁ ਦੇਰ ਇਹਨਾਂ ਦੇ ਕੰਮ ਕਰਨਾ ਆਪਾਂ ਇਸ ਤਰ੍ਹਾਂ ਲਾਰੇ ਲੱਪਿਆਂ ਦੇ ਵਿੱਚ? ਇਸ ਸੰਬੰਧੀ ਡਿਪਟੀ ਕਮਿਸ਼ਨਰ ਬਲਰਾਜ ਸਿੰਘ ਨੇ ਕਿਹਾ ਕਿ ਮਨਰੇਗਾ ਮੁਲਾਜ਼ਮਾਂ ਦੀਆਂ ਜੋ ਵੀ ਮੰਗਾਂ ਨੇ ਉਹ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਦਿੱਤੀਆਂ ਜਾਣਗੀਆਂ। ਇਹਨਾਂ ਦੀਆਂ ਜਿਹੜੀਆਂ ਮੰਗ ਹੈ ਸਾਡੇ ਇਕੱਲੇ ਇੱਥੇ ਗੁਰਦਾਸਪੁਰ ਨਿਗਾ, ਪਠਾਨਕੋਟ ਵੀ ਆ, ਹੋਰ ਵੱਖ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਆ ਤਕਰੀਬਨ, ਇਹਨਾਂ ਦੇ ਸਾਰੇ ਜਿਹੜੇ ਹੜਤਾਲ 'ਤੇ ਬੈਠੇ ਹੋਏ ਆ। ਇਹਨਾਂ ਦੀ ਜਿਹੜੀ ਮੰਗ ਹੈ ਕੁਛ ਜਿਹੜੀ ਜੋ ਸਾਡੇ ਕੋਲ ਮੰਗ ਪੱਤਰ ਦੇਣਗੇ ਉਹ ਅਸੀਂ ਸਰਕਾਰ 'ਤੇ ਫਾਰਵਰਡ ਕਰ ਦਾਂਗੇ। ਬਾਕੀ ਜਿਹੜੀਆਂ ਦੀਆਂ ਜੋ ਮੰਗਾਂ ਆ ਉਹ ਦਿੰਦੇ ਆਪਣੇ ਯੂਨੀਅਨ ਲੈਵਲ 'ਤੇ ਜੋ ਇਹਦਾ ਆਪਣਾ ਕੋਈ ਚੱਲ ਰਿਹਾ ਹੈ ਵੀ ਕੋਈ ਸਾਨੂੰ ਜੇ ਮਹਿਕਮੇ 'ਚ ਮਰਜ਼ ਕਰੋ ਜਾਂ ਆਪਾਂ ਨੂੰ ਪੱਕੇ ਕਰੋ, ਇਹਦੇ ਬਾਅਦ 'ਤੇ ਸਰਕਾਰ ਹੀ ਆਪਣੀ ਜਿਹੜੀ ਪੋਲਿਸੀ ਆ ਕੋਈ ਬਣਾਵੇ ਜਾਂ ਕਰੇ, ਉਹੀ ਕਰਕੇ ਇਹਨੂੰ ਕਰ ਸਕਦੀ ਆ। ਕੋਈ ਸਾਡੇ ਲੈਵਲ ਦਾ ਤਾਂ ਕੋਈ ਕੰਮ ਨਹੀਂ, ਅਸੀਂ ਤਾਂ ਜੇ ਮੰਗ ਪੱਤਰ ਦੇਣਗੇ ਸਾਨੂੰ ਅਸੀਂ ਉੱਥੇ ਸਰਕਾਰ ਤਾਂ ਹੀ ਪਹੁੰਚਾ ਦਿਆਂਗੇ। ਇਹ ਤਾਂ ਪ੍ਰਭਾਵਿਤ ਹੋ ਹੀ ਰਿਹਾ ਕਲਮ ਛੋੜ ਦੇ ਨਾਲ, ਜੇ ਕਹਿੰਦੇ ਆ ਵੀ ਕਲਮ ਛੋੜ ਹੜਤਾਲ ਆ ਤਾਂ ਹੈ ਤਾਂ ਹੜਤਾਲ 'ਤੇ ਹੀ ਹੈ ਨਾ। ਕਿੰਨਾ ਕੰਮ ਪ੍ਰਭਾਵਿਤ ਹੋ ਰਿਹਾ, ਇਹਦੇ ਵਾਸਤੇ ਕੀਤਾ ਜਾ ਰਿਹਾ? ਕੰਮ ਸਾਡੇ ਨਰੇਗਾ ਦੇ ਕੰਮ ਜਿਹੜੇ ਸੀਗੇ ਤਕਰੀਬਨ ਕਾਫੀ ਜਿਹੜੇ ਆ ਉਹ ਜਿਹੜੇ ਕੰਮ ਚੱਲ ਰਹੇ ਸੀ ਚੱਲ ਤਾਂ ਰਹੇ, ਪਰ ਜਦੋਂ ਨੈਕਸਟ ਹਾਲੇ ਜੇ ਇਹਦੀ ਹੜਤਾਲ ਜਿਹੜੀ ਆ ਜੇ ਮੁੱਕ ਜਾਊਗੀ ਤਾਂ ਫਿਰ ਤਾਂ ਕੰਮ ਉਹਨੂੰ ਬਾਹਲਾ ਨਹੀਂ ਫਰਕ ਪੈਂਦਾ, ਪਰ ਹਾਲ ਦੀ ਘੜੀ ਹਾਲੇ ਕਾਫੀ ਫਰਕ ਪੈ ਰਿਹਾ। ਸਵੇਰਾ ਟਾਈਮਸ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।
All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648.